ਭਾਰਤ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਤਿਸ਼ ਨੂੰ ਤਲਬ ਕਰਕੇ ਮੰਗ ਕੀਤੀ ਹੈ ਕਿ ਭਾਰਤੀ ਫੌਜੀਆਂ ਦੇ ਸਿਰ ਕਲਮ ਕਰਨ ਦੇ ਮਾਮਲੇ ਵਿੱਚ ਪਾਕਿਸਤਾਨੀ ਫੌਜੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਬਾਤਿਸ਼ ਨੂੰ ਵਿਦੇਸ਼ ਸਕੱਤਰ ਐਸ ਜੈਸ਼ੰਕਰਨ ਨੇ ਬੁਲਾਇਆ ਸੀ। ਉਹਨਾਂ ਨੇ ਬਾਤਿਸ਼ ਨੂੰ ਆਖਿਆ ਕਿ ਕ੍ਰਿਸ਼ਨਾ ਘਾਟੀ ਦੀ ਘਟਨਾ ਸੰਬੰਧੀ ਭਾਰਤ ਵਾਸੀਆਂ ਵਿੱਚ ਕਾਫੀ ਰੋਸ ਹੈ। ਪਾਕਿਸਤਾਨੀ ਫੌਜੀਆਂ ਨੇ ਹੀ ਇਸ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ ਹੈ। ਹੁਣ ਤੱਕ ਦੀ ਭਾਰਤੀ ਏਜੰਸੀਆਂ ਦੀ ਜਾਂਚ ਤੋਂ ਸਾਫ਼ ਹੋ ਚੁੱਕਿਆ ਹੈ ਕਿ ਕਾਤਲ LOC ਪਾਰ ਕਰਕੇ ਆਏ ਸਨ ਅਤੇ ਦਰਿੰਦਗੀ ਦੇ ਨਾਲ ਕਤਲ ਕਰਕੇ ਵਾਪਸ ਚਲੇ ਗਏ। ਐਸ ਜੈਸ਼ੰਕਰਨ ਦੇ ਅਨੁਸਾਰ ਇਸ ਮਾਮਲੇ ਵਿੱਚ ਪਾਕਿਸਤਾਨ ਨੂੰ ਕੋਈ ਨਾ ਕੋਈ ਕਦਮ ਜ਼ਰੂਰ ਚੁੱਕਣਾ ਚਾਹੀਦਾ ਹੈ, ਤਾਂ ਹੀ ਭਾਰਤ ਅਤੇ ਪਾਕਿਸਤਾਨ ਅੱਗੇ ਕੋਈ ਗੱਲਬਾਤ ਕਰ ਸਕਣਗੇ।